ਸਾਸ਼ੀਕਾਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੀ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ ਜਿਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਖਬਰਾਂ ਦੀ ਪੜਤਾਲ ਕਰਨ ਦੀ ਤੇ ਕੋਸ਼ਿਸ਼ ਕਰਦੇ ਹਾਂ ਕਿ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਅੱਜ ਵੀ ਸਾਡੇ ਨਾਲ ਮੌਜੂਦ ਨੇ ਚਰਚਾ ਲਈ ਅਮਨਦੀਪ ਸਿੰਘ ਪਾਪੀ ਜੀ ਸਾਸ਼ੀਕਾਲ ਸਰ ਸਸ਼ੀਕਾਲ ਮੈਮ ਕੀ ਹਾਲ ਹੈ ਤੁਹਾਡਾ ਬਹੁਤ ਵਧੀਆ ਸਰ ਤੁਸੀਂ ਕਿਵੇਂ ਹੋ ਬਹੁਤ ਵਧੀਆ ਜੀ ਕੀ ਅੱਜ ਦੀ ਖਬਰਾਂ ਵਿੱਚੋਂ ਖਬਰ ਦੱਸ ਦਿਆਂ ਸਰ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਦੇ ਵਿੱਚ ਸਰਕਾਰ ਸਰਕਾਰ ਦੇ ਹਰ ਇੱਕ ਕਦਮ ਤੇ ਵਿਰੋਧੀ ਕਰਦੇ ਵਾਰ ਕਹਿੰਦੇ ਜੰਗਲ ਉਜੜ ਜਾਣਾ ਸੀ ਜੇ ਨਾ ਕਰਦੇ ਵਿਰੋਧ ਭਗਵੰਤ ਮਾਨ ਨੂੰ ਨੀਤੀਆਂ ਵਿੱਚ ਕਰਨੀ ਪਊਗੀ ਸੋਧ ਬਿਲਕੁਲ ਠੀਕ ਹੈ ਜੀ ਸੋਧ ਵੀ ਕਰਨੀ ਪਊਗੀ ਵਿਰੋਧ ਵੀ ਕਰਨਾ ਪਊਗਾ ਜਿੱਥੇ ਜ਼ਰੂਰਤ ਹੈ ਪਰ ਉਥੇ ਕਰਨਾ ਪਊਗਾ ਤੇ ਜਿਹੜੇ ਵਿਰੋਧੀ ਧਿਰਾਂ ਹੈਗੀਆਂ ਉਹ ਵੀ ਟਾਈਮ ਟੂ ਟਾਈਮ ਸਰਕਾਰ ਨੂੰ ਘੇਰ ਰਹੀਆਂ ਤੇ ਸਰਕਾਰ ਨੂੰ ਵੀ ਮੌਕਾ ਮਿਲ ਰਿਹਾ ਕਿ ਆਪਣੇ ਆਪ ਨੂੰ ਸਹੀ ਸਾਬਿਤ ਕਰ ਸਕਣ ਸਰ ਮੱਤੇਵਾਲਾ ਜੰਗਲਾਤ ਪ੍ਰੋਜੈਕਟ ਹੈ ਇਹਦੀ ਗੱਲ ਬਾਤ ਚ ਕਰਾਂਗੇ ਸਭ ਤੋਂ ਪਹਿਲਾਂ ਆਪ ਸਰਕਾਰ ਦੀ ਗੱਲ ਕਰਦੇ ਆ ਸਰਕਾਰ ਬਣਨ ਤੋਂ ਪਹਿਲਾਂ ਵੀ ਆ ਕਾਫੀ ਅਲੀਗੇਸ਼ਨਸ ਲੱਗੇ ਸੀਗੇ ਸਰਕਾਰ ਤੇ ਕਿ ਇਹਦੀ ਜਿਹੜੀ ਵਰਕਿੰਗ ਹੈਗੀ ਆ ਉਹ ਦਿੱਲੀ ਤੋਂ ਹੋਊਗੀ ਇਹ ਰਿਮੋਟ ਕੰਟਰੋਲ ਸਰਕਾਰ ਹੋਊਗੀ ਤੇ ਹੁਣ ਵੀ ਇਹੀ ਅਲੀਗੇਸ਼ਨਸ ਨੇ ਹੁਣ ਜਿਹੜਾ ਫੈਸਲਾ ਲਿੱਤਾ ਗਿਆ ਹੈ ਕਿ ਰਾਗਵ ਚੱਡਾ ਨੂੰ ਐਡਵਾਈਸਰੀ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਇਸ ਫੈਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ aarop ਜਿਹੜੇ ਲੱਗ ਰਹੇ ਆ ਉਹ ਇਹ ਹੈ ਕਿ ਸਰਕਾਰ ਉਹ ਦਿੱਲੀ ਤੋਂ ਚਲਾਉਣਗੇ ਤੇ ਇੱਕ ਟਰਮ ਕੱਢੀ ਗਈ ਹੈ ਇੱਕ ਸੁਪਰ ਸੀਐਮ ਉਹਨਾਂ ਰਾਗਵ ਚੱਡਾ ਹੋਣਗੇ ਸੁਪਰ ਸੀਐਮ ਪਰ ਮੈਨੂੰ ਇੱਕ ਚੀਜ਼ ਨਹੀਂ ਸਮਝ ਆਉਂਦੀ ਕਿ ਜੇ ਇਹਨਾਂ ਨੇ ਉਸੇ ਆਈਡਿਓਲੋਜੀ ਨਾਲ ਹੀ ਚਲਾਉਣੀ ਹੁੰਦੀ ਸਰਕਾਰ ਜੇ ਕੇਜਰੀ ਵਾਲਿਆ ਰਾਗਵ ਚੱਡਾ ਨਹੀਂ ਹੀ ਚਲਾਉਣੀ ਹੁੰਦੀ ਸਰਕਾਰ ਤਾਂ ਉਹ ਤਾਂ ਵੈਸੇ ਵੀ ਚਲਾ ਸਕਦੇ ਸੀ ਦਿੱਲੀ ਬੈਠੇ ਹੋਏ ਉਹ ਤਾਂ ਭਗਵੰਤ ਮਾਨ ਨੂੰ ਵੈਸੇ ਵੀ ਉਹਨਾਂ ਨੇ ਕਹਿਣਾ ਹੀ ਸੀ ਨਾ ਕਿ ਤੁਸੀਂ ਇਹ ਨਹੀਂ ਇਹ ਕਰਨਾ ਜੇ ਭਗਵੰਤ ਮਾਨ ਉਹਨਾਂ ਦੀ ਇੰਨੀ ਹੀ ਮੰਨਦੇ ਹੁੰਦੇ ਐਨਾ ਹੀ ਉਹਨਾਂ ਉਹਨਾਂ ਦੇ ਸਿਰਫ ਉਹਨਾਂ ਦੇ ਕਹਿਣੇ ਤੇ ਚੱਲਦੇ ਹੁੰਦੇ ਫਿਰ ਤਾਂ ਉਹ ਕਰ ਲੈਂਦੇ ਉਹਨਾਂ ਨੂੰ ਫਿਰ ਇਹ ਐਡਵਾਈਜ਼ਰੀ ਬਾਡੀ ਬਣਾਉਣ ਦੀ ਕੀ ਲੋੜ ਸੀ ਤੇ ਜੀ ਉਹਨਾਂ ਨੇ ਬਣਾਈ ਐ ਮੈਨੂੰ ਲੱਗਦਾ ਕਿ ਅਸੀਂ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਇੱਕ ਐਡਵਾਈਜ਼ਰੀ ਬਾਡੀ ਬਣਾਈ ਗਈ ਤੇ ਅਗਲੀਆਂ ਸਰਕਾਰਾਂ ਲਈ ਵੀ ਐਗਜ਼ਾਮਪਲ ਸੈੱਟ ਹੈ ਆਉਣ ਵਾਲੀਆਂ ਬਾਕੀ ਸਰਕਾਰਾਂ ਵੀ ਹੋਣੀਆਂ ਉਹ ਵੀ ਐਡਵਾਈਜ਼ ਲੈਣੀਆਂ ਆਪਣੇ ਲੀਡਰਸ ਤੋਂ ਕਿਹੜੀ ਸਰਕਾਰ ਨਹੀਂ ਲੈਂਦੀ ਕਾਂਗਰਸ ਸਰਕਾਰ ਨੇ ਵੀ ਲਿਆ ਸੀ ਅ ਜਿਹੜੀ ਬਾਦਲ ਸਰਕਾਰ ਰਹੀ ਐ ਉਹ ਵੀ ਆਪਦੇ ਭਾਈਵਾਲਾਂ ਨਾਲ ਜੁੜ ਕੇ ਕੰਮ ਕਰਦੇ ਰਹੇ ਆ ਉਹਨਾਂ ਤੋਂ ਸਲਾਹ ਲੈਂਦੇ ਰਹੇ ਆ ਸਲਾਹ ਤਾਂ ਅਸੀਂ ਸਾਰੇ ਹੀ ਲੈਣੇ ਆ ਅਸੀਂ ਆਪਦੇ ਜੀਵਨ ਦੇ ਵਿੱਚ ਵੈਸੇ ਵੀ ਦੇਖੀਏ ਅਸੀਂ ਆਪਦੇ ਪਰਸਨਲ ਕੰਮ ਦੇ ਲਈ ਵੀ ਸਲਾਹ ਲੈਨੇ ਆ ਵੀ ਮੇਰਾ ਇਹ ਸੋਚਣਾ ਜੇ ਇਹ ਕਰ ਲਾਂ ਤਾਂ ਇਹ ਹੋ ਜਾਊਗਾ ਪਰ ਮੈਂ ਸਲਾਹ ਲੈਣਾ ਫਿਰ ਵੀ ਕਿ ਜੀ ਤੁਸੀਂ ਦੱਸੋ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਕਰ ਸਕਦੇ ਆ ਤੇ ਹਰ ਕੰਮ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਸਲਾਹ ਜ਼ਰੂਰੀ ਹੈ ਤੇ ਗੱਲਬਾਤ ਹੀ ਹੁੰਦੀ ਹੈ ਜਿਹਦੇ ਨਾਲ ਵਧੀਆ-ਵਧੀਆ ਚੀਜ਼ਾਂ ਹੱਲ ਹੁੰਦੀਆਂ ਸਰ ਆਪੋਜੀਸ਼ਨ ਲੀਡਰ ਨੇ ਜਿਹੜੀ ਪ੍ਰਤੀਕਿਰਿਆ ਦਿੱਤੀ ਆ ਉਹਦੇ ਤੇ ਗੱਲਬਾਤ ਕਰਦੇ ਆ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਵ ਨੂੰ ਵੋਟ ਪਾਈ ਸੀ ਪਰ ਇਹੋ ਜਿਹਾ ਬਦਲਾਵ ਵੀ ਨਹੀਂ ਚਾਹੀਦਾ ਹੈਗਾ ਇਹ ਪੰਜਾਬ ਦੇ ਲੋਕਾਂ ਦੀ ਇੱਛਾ ਤੇ ਉਹਨਾਂ ਦੀ ਪਸੰਦ ਨੂੰ ਦਰਗਿਨਾਰ ਕਰਨ ਵਾਲੀ ਬਿਲਕੁਲ ਗੱਲ ਹੈਗੀ ਆ ਤੇ ਐਵੇਂ ਲੱਗ ਰਿਹਾ ਕਿ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਕੰਟਰੈਕਟ ਦਿੱਤਾ ਹੋਇਆ ਦੇਖੋ ਜੀ ਰਾਜਾ ਵੜਿੰਗ ਜੀ ਕਹਿ ਰਹੇ ਆ ਅੱਜ ਤੱਕ ਪੰਜਾਬ ਨੂੰ ਬਦਲਾਵ ਦੀ ਲੋੜ ਸੀਗੀ ਤੇ ਉਨ੍ਹਾਂ ਨੇ ਬਦਲਾਅ ਤਾਂ ਕੀਤਾ ਪਰ ਇਹੋ ਜਿਹਾ ਬਦਲਾਅ ਨਹੀਂ ਚਾਹੀਦਾ ਸੀ ਪੰਜਾਬ ਨੂੰ ਪਰ ਮੈਂ ਕਹਨਾ ਜੇ ਤੁਹਾਨੂੰ ਇਹ ਪਤਾ ਕਿ ਪੰਜਾਬ ਨੂੰ ਬਦਲਾਅ ਦੀ ਲੋੜ ਸੀ ਤਾਂ ਤੁਸੀਂ ਉਦੋਂ ਕਰ ਦਿੰਦੇ ਪੰਜ ਸਾਲ ਤੁਹਾਡੀ ਸਰਕਾਰ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਤੁਸੀਂ ਸਲਾਹਕਾਰ ਹੁੰਦੇ ਸੀ ਅਗਲੀ ਟਰਮ ਦੇ ਵਿੱਚ ਚੰਨੀ ਦਾ ਜਦੋਂ ਚੰਨੀ ਮੁੱਖ ਮੰਤਰੀ ਬਣੇ ਤੇ ਤੁਸੀਂ ਟਰਾਂਸਪੋਰਟ ਮਨਿਸਟਰ ਬਣ ਗਏ ਉਦੋਂ ਕਿਉਂ ਨਹੀਂ ਤੁਸੀਂ ਇੰਨੇ ਸੁਧਾਰ ਕਰਦੇ ਕਿ ਲੋਕਾਂ ਨੂੰ ਤੁਹਾਡੇ ਤੇ ਵਿਸ਼ਵਾਸ ਹੋ ਜਾਏ ਜਿਹੜੇ ਬਦਲਾਅ ਤੁਸੀਂ ਅੱਜ ਕਹਿੰਦੇ ਹੋ ਕਿ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਉਦੋਂ ਤੁਸੀਂ ਕਿਉਂ ਨਹੀਂ ਕੀਤੇ ਇਨੀਸ਼ੀਏਟ ਨਹੀਂ ਕੀਤੇ ਤੁਸੀਂ ਤਾਂ ਉਹ ਚੀਜ਼ਾਂ ਲੋਕਾਂ ਨੇ ਤੁਸੀਂ ਇਨੀਸ਼ੀਏਟ ਨਹੀਂ ਕੀਤੇ ਤਾਂ ਹੀ ਲੋਕਾਂ ਨੇ ਤੁਹਾਡੇ ਤੋਂ ਵਿਸ਼ਵਾਸ ਕਰਿਆ ਤਾਂ ਹੀ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਮੈਜੋਰਟੀ ਦਿੱਤੀ ਤੇ ਉਹ ਅੱਜ ਕੰਮ ਕਰ ਰਹੇ ਆ ਤੇ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ ਵਿਰੋਧੀ ਧਿਰ 'ਚ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹਰ ਕੰਮ ਦਾ ਹੀ ਵਿਰੋਧ ਕਰੋ ਵਿਰੋਧੀ ਧਿਰ 'ਚ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਕੰਮਾਂ ਦਾ ਵਿਰੋਧ ਕਰੋ ਜੋ ਪਬਲਿਕ ਦੇ ਹੱਕ ਦੇ ਵਿੱਚ ਨਹੀਂ ਆ ਜੋ ਲੋਕਾਂ ਦੇ ਹੱਕਤ ਨਹੀਂ ਆ ਜੋ ਪੰਜਾਬ ਦੇ ਹੱਕਤ ਨਹੀਂ ਆ ਜਿਹੜੇ ਕੰਮ ਚੰਗੇ ਵੀ ਹੋ ਰਹੇ ਆ ਤੁਸੀਂ ਉਹਦਾ ਵੀ ਵਿਰੋਧ ਕਰੋ ਇਹ ਗੱਲ ਕਿਤੇ ਵਾਜਬ ਨਹੀਂ ਹੈ ਸਰ ਸੀਐਮ ਭਗਵੰਤ ਮਾਨ ਨੇ ਜੋ ਫੈਸਲਾ ਲਿਆ ਮੱਤੇਵਾੜਾ ਜੰਗਲਾਤ ਪ੍ਰੋਜੈਕਟ ਨੂੰ ਲੈ ਕੇ ਕਿ ਨਾ ਹੀ ਮੱਤੇਵਾੜਾ ਦੇ ਵਿੱਚ ਇਹ ਟੈਕਸਟਾਈਲ ਇੰਡਸਟਰੀ ਬਣੂਗੀ ਨਾ ਹੀ ਕਿਤੇ ਹੋਰ ਦਰਿਆਵਾਂ ਦੇ ਨੇੜੇ ਜਿਸ ਕਰਕੇ ਵਾਤਾਵਰਣ ਦੂਸ਼ਿਤ ਹੋ ਸਕਦਾ ਹੈ ਜਾਂ ਪਾਣੀ ਗੰਦਲਾ ਹੋ ਸਕਦਾ ਜੀ ਇੱਥੇ ਮੈਂ ਕਹਿੰਨਾ ਵੀ ਵਿਰੋਧੀ ਧਰਨੇ ਆਪਦਾ ਫਰਜ਼ ਨਿਭਾਇਆ ਸੀ ਹਮ ਇੱਥੇ ਜਦੋਂ ਗੱਲ ਆਈ ਪ੍ਰਿਆਵਰਣ ਦੀ ਜਦੋਂ ਆਈ ਗੱਲ ਜੰਗਲ ਦੀ ਤੇ ਸਤਲੁਜ ਦੇ ਪਾਣੀ ਦੀ ਤਾਂ ਉਦੋਂ ਵਿਰੋਧੀ ਧਿਰ ਜਦੋਂ ਉਹ ਰੋਲ ਪਲੇ ਕੀਤਾ ਵਿਰੋਧੀ ਧਿਰ ਨੇ ਜਿੱਥੇ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਕੇ ਖੜਾ ਹੈ ਜਦੋਂ ਗੱਲ ਆਈ ਮੱਤੇਵੜਾ ਜੰਗਲ ਦੀ ਤਾਂ ਰਾਜਾ ਵੜਿੰਗ ਆਪਣੀ ਟੀਮ ਦੇ ਨਾਲ ਆਪਣੀ ਪਾਰਟੀ ਦੇ ਵਰਕਰਾਂ ਦੇ ਨਾਲ ਉੱਥੇ ਪਹੁੰਚੇ ਆ ਵੀ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਉਸ ਵਿਰੋਧ ਦੇ ਵਿੱਚ ਚਾਹੇ ਕੋਈ ਰਾਜਾ ਵੜਿੰਗ ਦੇ ਨਾਲ ਹੋਵੇ ਜਾਂ ਨਾ ਹੋਵੇ ਚਾਹੇ ਕੋਈ ਕਾਂਗਰਸ ਦੇ ਨਾਲ ਹੋਵੇ ਨਾ ਹੋਵੇ ਪਰ ਉਸ ਵਿਰੋਧ ਦੇ ਵਿੱਚ ਪੰਜਾਬ ਦੇ ਸੂਝਵਾਨ ਲੋਕ ਵੀ ਸ਼ਾਮਿਲ ਹੋਏ ਜਿਨ੍ਹਾਂ ਨੂੰ ਪਰਿਆਵਰਣ ਦਾ ਨੇਚਰ ਦਾ ਜਿਨ੍ਹਾਂ ਨੂੰ ਫਿਕਰ ਸੀ ਜੀ ਤੇ ਉਹ ਲੋਕਾਂ ਨੇ ਸ਼ਾਮਿਲ ਹੋ ਕੇ ਹੁਣ ਤੁਸੀਂ ਆਪ ਹੀ ਦੇਖ ਲਓ ਜਿਹੜੀ ਚੀਜ਼ ਦਾ ਵਿਰੋਧ ਕਰਨ ਵਾਲਾ ਉਹਦੇ ਤਾਂ ਲੋਕ ਆਪ ਹੀ ਕਰਨਗੇ ਨਾਲ ਲੱਗਣਗੇ ਤੁਹਾਡੇ ਉਹ ਚੀਜ਼ ਉਹ ਕੰਮ ਹੁੰਦਾ ਵਿਰੋਧੀ ਧਿਰ ਦਾ ਦੂਜੀ ਗੱਲ ਜਿੱਥੇ ਆ ਗਈ ਭਗਵੰਤ ਮਾਨ ਸਾਹਿਬ ਦੀ ਹਾਂ ਤਾਂ ਜਿੰਨੇ ਵੀ এনवायरमेंटਲਿਸਟ ਲੋਕ ਸੀਗੇ ਜਿੰਨੇ ਵੀ ਵਾਤਾਵਰਣ ਪ੍ਰੇਮੀ ਐ ਉਹਨਾਂ ਨੂੰ ਇਹ ਉਮੀਦ ਸੀਗੀ ਇਹ ਸਰਕਾਰ ਤੋਂ ਕਿਉਂਕਿ ਵੋਟਾਂ ਤੋਂ ਪਹਿਲਾਂ ਵੀ ਇਹ ਖੁੱਲ ਕੇ ਇਹਨਾਂ ਪ੍ਰੋਜੈਕਟਾਂ ਬਾਰੇ ਬੋਲ ਰਹੇ ਹੁੰਦੇ ਸੀ ਭਗਵੰਤਮਾਨ ਉਹਨਾਂ ਦੇ ਕੈਬਿਨੇਟ ਦੇ ਲੋਕ ਉਹਨਾਂ ਦੇ ਐਮ.ਐਲ.ਏ ਉਹ ਸਾਰੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਸੀ ਕਿ ਜੀ ਟੈਕਸਟਾਈਲ ਪ੍ਰੋਜੈਕਟ ਨਹੀਂ ਲੱਗਣਾ ਚਾਹੀਦਾ ਜਿਹਦੇ ਨਾਲ ਵਾਤਾਵਰਣ ਖਰਾਬ ਹੋਵੇ ਮਤਲਬ ਨੇਚਰ ਨੂੰ ਕੋਈ ਦਿੱਕਤ ਨਾ ਹੋਵੇ ਉਹੋ ਜੇ ਕੰਮ ਹੋਣੇ ਚਾਹੀਦੇ ਡਿਵੈਲਪਮੈਂਟ ਉਹੋ ਜੀ ਹੋਣੀ ਚਾਹੀਦੀ ਆ ਤੇ ਜਦੋਂ ਇਹ ਸਰਕਾਰ 'ਚ ਆਏ ਭਗਵੰਤਮਾਨ ਸਾਹਿਬ ਵਿਧਾਨ ਸਭਾ 'ਚ ਕਹਿੰਦੇ ਆ ਜੀ ਅਸੀਂ ਜ਼ਮੀਨ ਦੇ ਰਹੇ ਆ ਤੇ ਪ੍ਰੋਜੈਕਟ ਸ਼ੁਰੂ ਹੋ ਰਿਹਾ ਉਦੇ ਤੋਂ ਬਾਅਦ ਫਿਰ ਵਿਰੋਧ ਹੁੰਦਾ ਇਹਨਾਂ ਦਾ ਹੀ ਜਦੋਂ ਪਤਾ ਲੱਗਦਾ ਕਿ ਜੀ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਲੋਕ ਖੜੇ ਹੋ ਰਹੇ ਆ ਸਾਡੇ ਇਸ ਪਰਟੀਕੂਲਰ ਡਿਸੀਜਨ ਦੇ ਖਿਲਾਫ ਲੋਕੀ ਖੜੇ ਹੋ ਰਹੇ ਆ ਤਾਂ ਉਹਨਾਂ ਨੇ ਇਹ ਡਿਸੀਜਨ ਆਪ ਦਾ ਵਾਪਸ ਲਿਆ ਤੇ ਉਹਨਾਂ ਨੇ ਦੱਸਿਆ ਕਿ ਪ੍ਰੋਜੈਕਟ ਇਹੋ ਜੀ ਕੀਮਤ ਤੇ ਨਹੀਂ ਲੱਗੂਗਾ ਕਿ ਸਾਡਾ ਸਾਡੀ ਕੁਦਰਤ ਸਾਡੇ ਕੋਲੋਂ ਖੋਈ ਜਾਵੇ ਕੁਦਰਤ ਦੀ ਕੀਮਤ ਤੇ ਅਸੀਂ ਪ੍ਰੋਜੈਕਟ ਨਹੀਂ ਲਾਵਾਂਗੇ ਤੇ ਉਹਨਾਂ ਨੇ ਇਹ ਵੀ ਕਿਹਾ ਤਾਂ ਕਿ ਜੀ ਗਾਂ ਤੋਂ ਵੀ ਜਿਹੜੇ ਪ੍ਰੋਜੈਕਟ ਲੱਗਣਗੇ ਉਹ ਨਹਿਰਾਂ ਨਦੀਆਂ ਤੇ ਜਿਹੜੇ ਵੀ ਨੈਚੁਰਲ ਸਰਸਸ ਆ ਉਹਨਾਂ ਦੇ ਆਸ-ਪਾਸ ਨਹੀਂ ਲੱਗਣਗੇ ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਇਹ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਜੀ ਇਹ ਭਗਵੰਤ ਮਾਨ ਸਾਹਿਬ ਨੂੰ ਇਹ ਚੀਜ਼ ਤੇ ਕਨਫਿਊਜ਼ ਨਹੀਂ ਹੋਣਾ ਚਾਹੀਦਾ ਸੀ ਜੇ ਕੋਈ ਪ੍ਰੈਸ਼ਰ ਵੀ ਹੈ ਦਿਮਾਗ ਤੇ ਕਿ ਜੀ ਕੇਂਦਰ ਸਰਕਾਰ ਦਾ ਪ੍ਰੋਜੈਕਟ ਆਇਆ ਹੋਇਆ ਐਨਾ ਪੈਸਾ ਆਪਣੇ ਕੋਲ ਆਇਆ ਹੋਇਆ ਇਹ ਪੈਸਾ ਆਪਾਂ ਇੱਥੇ ਲਾ ਸਕਦੇ ਹਾਂ ਉਹ ਉਸ ਪ੍ਰੋਜੈਕਟ ਨੂੰ ਤੁਸੀਂ ਹੋਰ ਵੀ ਬਦਲਾਵ ਲਿਆ ਕੇ ਕਿਤੇ ਹੋਰ ਲਾ ਸਕਦੇ ਹੋ ਉਹ ਪ੍ਰੋਜੈਕਟ ਜ਼ਰੂਰੀ ਨਹੀਂ ਕਿ ਮਤੌੜ ਮੱਤੇਵਾਲਾ ਦੇ ਜੰਗਲਾਂ ਦੀ ਜ਼ਮੀਨ 'ਚ ਹੀ ਲੱਗਣਾ ਉਹ ਪ੍ਰੋਜੈਕਟ ਕੁਝ ਹੋਰ ਜਗ੍ਹਾ ਤੇ ਲੱਗ ਸਕਦਾ ਜਿਹੜੀ ਜਗ੍ਹਾ ਪ੍ਰੋਡਕਟਿਵ ਨਹੀਂ ਹੈ ਜਿੱਥੇ ਜੰਗਲ ਨਹੀਂ ਹੈਗਾ ਜਿੱਥੇ ਰੇਤਿਲਾ ਇਲਾਕਾ ਵੀ ਹੈ ਪੰਜਾਬ ਦੇ ਵਿੱਚ ਉੱਥੇ ਲੱਗ ਸਕਦਾ ਜੀ ਜਿਹੜੀ ਰੌ ਮਟੀਰੀਅਲ ਤੇ ਹੋਰ ਸੋਰਸਸ ਦੀ ਗੱਲ ਹੈ ਉਹ ਕ੍ਰੀਏਟ ਕੀਤੇ ਜਾ ਸਕਦੇ ਆ ਤੇ ਜਿਹੜਾ ਕੈਮੀਕਲ ਘੁਲ ਰਿਹਾ ਪਾਣੀ ਦੇ ਵਿੱਚ ਜਾਂ ਕੈਮੀਕਲ ਪ੍ਰੋਸੈਸ ਦੇ ਵਿੱਚੋਂ ਪਾਣੀ ਖਰਾਬ ਹੋ ਰਿਹਾ ਤਾਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਉਣੇ ਚਾਹੀਦੇ ਆ ਵਾਟਰ ਟ੍ਰੀਟਮੈਂਟ ਪਲਾਂਟ ਜਿਹੜੀ ਹਰ ਇੰਡਸਟਰੀ ਨੂੰ ਇੱਕ ਰਿਕੁਆਇਰਮੈਂਟ ਹੈ ਕਿ ਜੀ ਤੁਸੀਂ ਵਾਟਰ ਟ੍ਰੀਟਮੈਂਟ ਪਲੈਂਟ ਲਗਾਉਣਾ ਹੀ ਲਗਾਉਣਾ ਹੈ ਜੇ ਇਹ ਹੋਊਗਾ ਤਾਂ ਹੀ ਤੁਹਾਡੇ ਗਾਈਡਲਾਈਨਸ ਪੂਰੀਆਂ ਹੁੰਦੀਆਂ ਤਾਂ ਹੀ ਤੁਸੀਂ ਇੰਡਸਟਰੀ ਚਲਾ ਸਕਦੇ ਹੋ ਤਾਂ ਹੀ ਕੰਮ ਕਰ ਸਕਦੇ ਹੋ ਪੰਜਾਬ ਦੇ ਵਿੱਚ ਤੇ ਇਹ ਤੁਸੀਂ ਚੈੱਕ ਕਰ ਲਓ ਸਿੰਪਲੀ ਤੁਹਾਡੇ ਕੋਲ ਲਿਸਟ ਹੈ ਪੂਰੀ ਇੰਡਸਟਰੀਜ਼ ਦੀ ਉਹਨਾਂ ਇੰਡਸਟਰੀਜ਼ ਦੇ ਵਿੱਚ ਕਿਹੜੇ-ਕਿਹੜੇ ਨੂੰ ਕਿਹੜੀ-ਕਿਹੜੀ ਗਾਈਡਲਾਈਨਸ ਪੂਰੀਆਂ ਕਰਨੀਆਂ ਹੈਗੀਆਂ ਉਹਦੀ ਵੀ ਲਿਸਟ ਹੈ ਤੁਹਾਡਾ ਡਿਪਾਰਟਮੈਂਟ ਮੈਨਪਾਵਰ ਹੈ ਮੈਨਪਾਵਰ ਹੈ ਤਾਂ ਉਹ ਜਾ ਕੇ ਡਿਪਾਰਟਮੈਂਟ ਦੇ ਅਫੀਸ਼ੀਅਲਸ ਉਹ ਜਾ ਕੇ ਪੁੱਛਣ ਕਿ ਜੀ ਤੁਹਾਡਾ ਵਾਟਰ ਟ੍ਰੀਟਮੈਂਟ ਪਲੰਟ ਕਿੱਥੇ ਆ ਜਿਹੜਾ ਨਹੀਂ ਕਰ ਰਿਆ ਉਹਨੂੰ ਪੈਨਲਟੀ ਲਗਾਈ ਜਾਵੇ ਤੇ ਇਹ ਲੋਕਾਂ ਨੂੰ ਦੱਸਿਆ ਜਾਵੇ ਅਵੇਅਰਨੈਸ ਵੀ ਜ਼ਰੂਰੀ ਹੈ ਤਾਂ ਕਿ ਉਹ ਜਿਹੜੀਆਂ ਵੀ ਇੰਡਸਟਰੀਜ਼ ਹੈਗੀਆਂ ਕੰਮ ਕਰ ਰਹੀਆਂ ਉਹਨਾਂ ਲਈ ਵੀ ਈਜ਼ੀ ਹੋਵੇ ਕਿ ਉਹਨਾਂ ਦੇ ਲੋਕ ਉਹਨਾਂ ਦੇ ਆਸ-ਪਾਸ ਦੇ ਲੋਕ ਵੀ ਖੁਸ਼ ਰਹਿਣ ਕਿਉਂਕਿ ਆਸ-ਪਾਸ ਦੇ ਲੋਕਾਂ ਨੇ ਉਹਨਾਂ ਇੰਡਸਟਰੀਜ਼ 'ਚ ਕੰਮ ਕਰਨਾ ਜੇ ਆਸ-ਪਾਸ ਦੇ ਲੋਕ ਹੀ ਗੰਦਲਾ ਪਾਣੀ ਪੀਣਗੇ ਬਿਮਾਰ ਹੋਣਗੇ ਤੇ ਆਪਣਾ ਆਲਾ-ਦਵਾਲਾ ਵੀ ਬਿਮਾਰ ਕਰਨਗੇ ਤਾਂ ਮੈਨੂੰ ਲੱਗਦਾ ਕਿ ਕੁਦਰਤ ਨੂੰ ਧਿਆਨ ਚ ਰੱਖ ਕੇ ਹੀ ਸਾਰੇ ਡਿਸੀਜਨ ਹੋਣੇ ਚਾਹੀਦੇ ਆ ਤੇ ਪੰਜਾਬ ਸਰਕਾਰ ਨੇ ਚੰਗਾ ਕੀਤਾ ਜੀ ਕਿ ਕੁਦਰਤ ਦੇ ਆਸ-ਪਾਸ ਕੋਈ ਵੀ ਖਲਵਾੜ ਨਹੀਂ ਕੀਤਾ ਜਾਊਗਾ ਕੁਦਰਤ ਦੇ ਆਸ-ਪਾਸ ਕੋਈ ਇੰਡਸਟਰੀ ਨਹੀਂ ਲੱਗੂਗੀ ਇੰਡਸਟਰੀ ਜਿਹੜੀ ਥਾਂ ਤੇ ਹੋਣੀ ਚਾਹੀਦੀ ਹੈ ਉੱਥੇ ਹੀ ਹੋਣੀ ਚਾਹੀਦੀ ਹੈ ਤੇ ਹੁਣ ਸਾਡਾ ਵੱਡਾ ਫਿਕਰ ਇਹ ਹੈ ਕਿ ਜਿਹੜਾ ਟੈਕਸਟਾਈਲ ਦਾ ਪ੍ਰੋਜੈਕਟ ਸਾਡੇ ਕੋਲ ਹੈ ਉਹ ਅਸੀਂ ਕਿੱਥੇ ਲਾਵਾਂਗੇ ਕੀ ਸਰਕਾਰ ਕੋਈ ਵਧੀਆ ਪਲਾਨ ਬਣਾ ਪਾਉਂਦੀ ਹੈ ਕਿ ਜਿਹੜੇ ਸਾਡੀ ਬਿਊਰੋਕ੍ਰੇਸੀ ਆ ਜਿਹੜੇ ਆਫੀਸਰਸ ਇਸ ਕੰਮ ਦੇ ਵਿੱਚ ਇਨਵੋਲ ਹੋਏਗੇ ਆ ਕਿ ਉਹ ਇਹਦਾ ਸੈਕੰਡ ਥਾਟ ਲਿਆ ਸਕਦੇ ਆ ਕਿ ਕਿਹੜੀ ਜਗ੍ਹਾ ਲੱਗ ਸਕਦੀ ਹੈ ਇੰਡਸਟਰੀ ਤੇ ਕਿਵੇਂ ਲੋਕਾਂ ਨੂੰ ਇਹਦਾ ਫਾਇਦਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਵੀ ਸਰ ਅਗਲੇ ਸੈਗਮੈਂਟ ਦੇ ਵਿੱਚ ਚੱਲਦੇ ਆਂ ਦੇਖ ਲੈਂਦੇ ਆਂ ਕਿ ਪੰਜਾਬ ਦੀਆਂ ਕਿਹੜੀ-ਕਿਹੜੀ ਮੁੱਖ ਮਸਲੇ ਜੀ ਬਿਲਕੁਲ ਮਤੇਆੜਾ ਜੰਗਲਾ ਨੇੜੇ ਕੋਈ ਸਨਤੀ ਇਕਾਈ ਸਥਾਪਿਤ ਨਹੀਂ ਹੋਵੇਗੀ ਮੁੱਖ ਮੰਤਰੀ ਦਾ ਬਿਆਨ ਜਾਬ ਦੇ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਜੰਗਲਾਂ ਤੇ ਬਹੁਮੱਲੇ ਜਲ ਸਰੋਤਾਂ ਨੂੰ ਬਚਾਉਣ ਲਈ ਮੱਤੇਵਾਲਾ ਦੇ ਜੰਗਲਾਂ ਨੇੜੇ ਤਜ਼ਵੀਜ਼ਤ ਥਾਂ ਉੱਤੇ ਕੋਈ ਸਨਤੀ ਇਕਾਈ ਨਹੀਂ ਲੱਗੇਗੀ ਮੱਤੇਵਾਲਾ ਜੰਗਲ ਬਾਰੇ ਜਨਤਕ ਐਕਸ਼ਨ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੈਂ ਸਪਸ਼ਟ ਤੌਰ ਉੱਤੇ ਦੱਸਣਾ ਚਾਹੁੰਦਾ ਹਾਂ ਕਿ ਨਾ ਸਿਰਫ ਮੱਤੇਵਾਲਾ ਸਗੋਂ ਸੂਬਾ ਸਰਕਾਰ ਪੰਜਾਬ ਦੇ ਕਿਸੇ ਵੀ ਦਰਿਆ ਦੇ ਕੰਢੇ ਉੱਤੇ ਕੋਈ ਸਨਤ ਲਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਤਾਂ ਕਿ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਮੁੱਖ ਮੰਤਰੀ ਨੇ ਅਫਸੋਸ ਪ੍ਰਗਟ ਕੀਤਾ ਕਿ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਇਸ ਪ੍ਰੋਜੈਕਟ ਦੇ ਸਾਰੇ ਪੱਖਾਂ ਨੂੰ ਘੋਕੇ ਬਗੈਰ 1000 ਏਕੜ ਜਗ੍ਹਾ ਵਿੱਚ ਟੈਕਸਟਾਈਲ ਪਾਰਕ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਪ੍ਰੋਜੈਕਟ ਦੀ ਪ੍ਰਸਤਾਵਿਤ ਥਾਂ ਮੱਤੇਵਾਲਾ ਜੰਗਲਾਂ ਦੇ ਨੇੜੇ ਅਤੇ ਸਤਲਜ ਦਰਿਆ ਦੇ ਕੰਢੇ ਉੱਤੇ ਹੈ ਪਰ ਇਸ ਪ੍ਰੋਜੈਕਟ ਨਾਲ ਸੂਬੇ ਦੇ ਵਾਤਾਵਰਣ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਕੈਪਟਨ ਸਰਕਾਰ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਪਗਮਤ ਮਾਨ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ ਦਰਖਤ ਵੱਡੇ ਜਾਣਗੇ ਸਗੋ ਇਸ ਨਾਲ ਦਰਿਆਈ ਪਾਣੀ ਵਿੱਚ ਵੱਡੇ ਪੱਧਰ ਉਤੇ ਪ੍ਰਦੂਸ਼ਣ ਫੈਲੇਗਾ ਜਿਹੜਾ ਇਸ ਖੇਤੇ ਵਿੱਚ ਜੰਗਲੀ ਜੀਵਨ ਦੇ ਨਾਲ ਨਾਲ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋਵੇਗਾ ਸਰਕਾਰੀ ਬਸਾਂ ਤੋਂ ਪਿੰਡਰਾ ਵਾਲੇ ਦੀ ਤਸਵੀਰ ਹਟਾਉਣ ਦੇ ਸਰਕਾਰ ਨੇ ਵਾਪਸ ਲਏ ਹੁਕਮ ਪੰਜਾਬ ਸਰਕਾਰ ਨੇ ਸਰਕਾਰੀ ਬਸਾਂ ਤੋਂ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਹਟਾਉਣ ਦੇ ਹੁਕਮ ਵਾਪਸ ਲੈ ਲਏ ਹਨ ਇਸ ਪਿਛੇ ਧਾਰਮਿਕ ਜਥੇਬੰਦੀਆਂ ਦੇ ਵਿਰੋਧ ਦਾ ਹਵਾਲਾ ਦਿੱਤਾ ਗਿਆ ਹੈ BJP ਨੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਖਾਲਸਤਾਨੀਆਂ ਅੱਗੇ ਗੋਡੇ ਟੇਕੇ ਹਨ ਪੰਜਾਬ ਸਰਕਾਰ ਵੱਲੋਂ ਇੱਕ ਸ਼ਿਕਾਇਤ ਦੇ ਬਾਅਦ ਸਰਕਾਰੀ ਬਸਾਂ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਨੂੰ ਹਟਾਉਂਦੇ ਹੋਏ ਹੁਣ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਕੁਝ ਧਾਰਮਿਕ ਸੰਸਥਾਵਾਂ ਵੱਲੋਂ ਇਤਰਾਜ਼ ਜਤਾਉਣ ਕਰਕੇ ਨੋਟਿਸ ਵਾਪਸ ਲਿਆ ਗਿਆ ਹੈ ਹੈਪੀ ਜੀਪੀ ਨੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਖਾਲਸਤਾਨੀਆਂ ਅੱਗੇ ਗੋਡੇ ਟੇਕੇ ਹਨ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਲਿਖਿਆ ਹੈ ਕਿ ਇਹ ਹੁਕਮ ਇਸ ਗੱਲ ਦਾ ਸਬੂਤ ਹੈ ਕਿ ਭਗਵੰਤ ਪਾਣ ਸਰਕਾਰ ਨੇ ਖਾਲਸਤਾਨੀਆਂ ਅੱਗੇ ਗੋਡੇ ਟੇਕਦੇ ਹੋਏ ਪੰਜਾਬ ਦੀਆਂ ਸਰਕਾਰੀ ਬੱਸਾਂ ਤੋਂ ਅਤਵਾਦੀਆਂ ਦੀਆਂ ਤਸਵੀਰਾਂ ਹਟਾਉਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਤੋੜਨ ਵਾਲੀਆਂ ਤਾਕਤਾਂ ਸ਼ਕਤੀਸ਼ਾਲੀਆਂ ਹੁੰਦੀਆਂ ਜਾ ਰਹੀਆਂ ਨੇ ਅਤੇ ਕਮਜ਼ੋਰ ਮੁੱਖ ਮੰਤਰੀ ਦੇ ਕਾਰਨ ਖਤਰਾ ਹੋਰ ਵੱਧ ਗਿਆ ਹੈ। ਬਲਦਕਾਰ ਕੇਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਸਣੇ ਪੰਜ ਜਣੀਆਂ ਨੇ ਕੀਤਾ ਆਤਮ ਸਮਰਪਣ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸੋਮਵਾਰ ਆਤਮ ਸਮਰਪਣ ਕਰ ਦਿੱਤਾ ਹੈ ਉਸ ਨੂੰ ਬਲਦਕਾਰ ਕੇਸ ਵਿੱਚ ਅਦਾਲਤ ਵੱਲੋਂ ਪਗੋੜਾ ਕਰਾਰ ਦਿੱਤਾ ਗਿਆ ਸੀ ਬੈਂਸ ਨੇ ਲੁਧਿਆਣਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਹੈ ਇਹ ਮਾਮਲਾ ਲੁਧਿਆਣਾ ਦੀ ਇੱਕ ਵਿਧਵਾ ਔਰਤ ਨਾਲ ਬਲਦਕਾਤ ਕਰਨ ਦਾ ਹੈ ਜਿਸ ਨੇ ਬੈਂਸ ਤੇ ਦੋਸ਼ ਲਾਏ ਹਨ ਬੈਂਸ ਨੇ ਪੰਜ ਨੇ ਲੁਧਿਆਣਾ ਦੀ ਹਰ ਸਿਮਰਨਜੀਤ ਕੌਰ ਸਿਵਲ ਜੱਜ ਦੇ ਕੋਲ ਆਤਮ ਸਮਰਪਣ ਕੀਤਾ ਹੈ ਬੈਂਸ ਨੇ ਨਾਲ ਉਸਦੇ ਭਰਾ ਪਰਮਜੀਤ ਪੰਮਾ ਜਸਵੀਰ ਕੌਰ ਭਾਬੀ ਤੇ ਨਾਲ ਦੋ ਹੋਰ ਜੋ ਮਾਮਲੇ ਚ ਲੋੜਿੰਦਾ ਸਨ ਸਾਰਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ ਇਸ ਮਾਮਲੇ ਚ ਸੱਤ ਤੇ ਮਾਮਲਾ ਦਰਜ ਹੋਇਆ ਸੀ ਤੇ ਦੋ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਸਨ ਜਿਨ੍ਹਾਂ ਚ ਬੈਂਸ ਦਾ ਭਰਾ ਕਰਮਜੀਤ ਤੇ ਉਸਦੇ ਪੀਏ ਸ਼ਾਮਲ ਹੈ ਤੇ ਪੰਜ ਨੇ ਕੋਰਟ ਚ ਆਤਮ ਸਮਰਪਣ ਕਰ ਦਿੱਤਾ ਹੈ ਕੈਪਟਨ ਅਮਰਿੰਦਰ ਨੇ ਮੱਤੇਵਾਲਾ ਇੰਡਸਟਰੀਅਲ ਪਾਰਕ ਪ੍ਰੋਜੈਕਟ ਰੱਦ ਹੋਣ ਤੇ ਜਤਾਇਆ ਦੁੱਖ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੱਤੇਵਾਲਾ ਟੈਕਸਟਾਈਲ ਪਾਰਕ ਪ੍ਰੋਜੈਕਟ ਨੂੰ ਰੱਦ ਕੀਤੇ ਜਾਣ ਤੇ ਅਫਸੋਸ ਜ਼ਾਹਰ ਕਰਦਿਆਂ ਇਸ ਨੂੰ ਸਭ ਤੋਂ ਪਿਛਾਖੜੀ ਅਤੇ ਘਟ ਨਜ਼ਰੀਏ ਵਾਲਾ ਫੈਸਲਾ ਕਰਾ ਦਿੱਤਾ ਹੈ ਪ੍ਰੋਜੈਕਟ ਦੇ ਖਿਲਾਫ ਸ਼ੁਰੂ ਕੀਤੇ ਗਏ ਵਿਰੋਧ ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਸਪਸ਼ਟ ਕੀਤਾ ਕਿ ਟੈਕਸਟਾਈਲ ਪਾਰਕ ਮੱਤੇਵਾਲਾ ਜੰਗਲੀ ਖੇਤਰ ਦੇ ਅੰਦਰ ਨਹੀਂ ਆਉਣਾ ਸੀ ਜਿਵੇਂ ਕਿ ਕਿਹਾ ਜਾ ਰਿਹਾ ਹੈ ਸਗੋਂ ਇਸ ਤੋਂ ਬਾਹਰ ਹੈ ਉਨਾਨੇ ਖਲਾਸਾ ਕੀਤਾ ਕਿ ਤਾਕੀ ਸੰਯੁਕਤ ਰਾਸ਼ਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਤਾਵਰਣ ਦੀਆਂ ਸਾਰੀਆਂ ਚਿੰਤਾਵਾਂ ਦੇ ਹੱਲ ਦਾ ਧਿਆਨ ਰੱਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਪਾਰਕ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੈਪਟਨ ਅਮਰਿੰਦਰ ਨੇ ਅਫਸੋਸ ਜ਼ਾਹਰ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਢਲੇ ਤੌਰ ਤੇ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਨ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਕੁਝ ਲੋਕਾਂ ਨੇ ਬਿਨਾਂ ਕਿਸੇ ਜਾਇਜ਼ ਜਾਂ ਵਾਤਾਵਰਣ ਬਾਰੇ ਤਕਨੀਕੀ ਅਤੇ ਵਿਗਿਆਨਕ ਜਾਣਕਾਰੀ ਤੋਂ ਬਿਨਾਂ ਇਸ ਦਾ ਵਿਰੋਧ ਕੀਤਾ ਸੀ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਕੈਨੇਡਾ ਤੋਂ ਲਾਪਤਾ ਹੋਇਆ ਗੈਂਗਸਟਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਵਿੱਚ ਮੁੱਖ ਮਲਜਮ ਗੈਂਗਸਟਰ ਗੋਲਡੀ ਬਰਾੜ ਅਚਾਨਕ ਕੈਨੇਡਾ ਤੋਂ ਲਾਪਤਾ ਹੋ ਗਿਆ ਹੈ ਕੈਨੇਡਾ ਦੇ ਨਾਲ-ਨਾਲ ਭਾਰਤ ਵਿੱਚ ਵੀ ਸੁਰੱਖਿਆ ਏਜੰਸੀਆਂ ਬਰਾੜ ਦੀ ਲਗਾਤਾਰ ਪਾਲ ਕਰ ਰਹੀਆਂ ਹਨ ਅਤੇ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਤੱਕ ਗੋਲਡੀ ਬਰਾੜ ਫਰਾਰ ਦੱਸਿਆ ਜਾ ਰਿਹਾ ਹੈ ਏਜੰਸੀਆਂ ਮੁਤਾਬਕ ਗੋਲਡੀ ਬਰਾੜ ਆਪਣਾ ਫੋਨ ਸਵਿਚ ਆਫ ਕਰਕੇ ਰੂਪੋਸ਼ ਹੋ ਗਿਆ ਹੈ ਉਸਦੀ ਕੈਨੇਡਾ ਵਿੱਚ ਵੀ ਪਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਪੁਲਿਸ ਸੂਤਰਾਂ ਅਨੁਸਾਰ ਗੋਲਡੀ ਬਰਾੜਿਕ ਡਮੀ ਗੈਂਗ ਚਲਾ ਰਿਹਾ ਹੈ ਰੰਗਦਾਰੀ ਮੰਗਲ ਲਈ ਸਾਹਮਣੇ ਆ ਰਹੀਆਂ ਆਡੀਓ ਦੀ ਆਵਾਜ਼ ਗੋਲਡੀ ਬਰਾੜ ਦੀ ਨਹੀਂ ਹੈ ਆਵਾਜ਼ ਦੀ ਸਿੰਪਲ ਟੈਸਟ ਕਰਨ ਤੋਂ ਬਾਅਦ ਇਸ ਦਾ ਪਤਾ ਲੱਗਿਆ ਹੈ ਜਿਸ ਤੋਂ ਸਪੱਸ਼ਟ ਹੋਇਆ ਹੈ ਕਿ ਉਸ ਦੇ ਨਾਮ ਹੇਟ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ ਸੋ ਅਗਲਾ ਸੈਗਮੈਂਟ ਸਰ ਰਾਜਨੀਤੀ ਸਰਕਾਰੀ ਖਬਰ ਅੱਜ ਦੀ ਸਰਕਾਰੀ ਖਬਰ ਪੜ੍ਹਦੇ ਹਾਂ ਜੀ ਫਿਰ ਉਹਦੇ ਤੇ ਚਰਚਾ ਕਰਾਂਗੇ ਜੀ ਸਰਕਾਰ ਦੀਆਂ ਨੀਤੀਆਂ ਦਾ ਜ਼ਮੀਨੀ ਪੱਧਰ ਤੇ ਪ੍ਰਚਾਰ ਯਕੀਨੀ ਬਣਾਇਆ ਜਾਵੇ ਅਮਨ अरोड़ा ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ अरोड़ा ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨਾਲ ਆਪਣੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਬਦਲਦੇ ਸਮੇਂ ਦੇ ਨਾਲ ਇਸ ਵਿੱਚ ਹੋਰ ਸੁਧਾਰਾਂ ਲਈ ਵੀ ਚਰਚਾ ਕੀਤੀ ਸਕੱਤਰ ਗੁਰਕਰਤ ਕਿਰਪਾਲ ਸਿੰਘ ਵੱਲੋਂ ਮੰਤਰੀ ਨੂੰ ਵਿਭਾਗ ਦੇ ਵੱਖ-ਵੱਖ ਸੈਕਸ਼ਨਾਂ ਜਿਵੇਂ ਪ੍ਰੈਸ ਸ਼ਾਖਾ ਇਸ਼ਤਿਹਾਰ ਸ਼ਾਖਾ ਅਤੇ ਪੰਨ ਮੀਡੀਆ ਸੁਸਾਇਟੀ ਆਦੇ ਬਾਰੇ ਜਾਣੂ ਕਰਵਾਇਆ ਗਿਆ ਸਕੱਤਰ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਦੀ ਮਿਹਨਤ ਅਤੇ ਸਮਰਪਿਤ ਟੀਮ ਜਮਿਨੀ ਪੱਧਰ ਤੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਪ੍ਰਚਾਰ ਕਰਨ ਵਿੱਚ ਪੂਰੀ ਤਨਦੇਹੀ ਨਾਲ ਲੱਗੀ ਹੋਈ ਹੈ ਇਸ ਤੋਂ ਇਲਾਵਾ ਨਵੇਂ ਉੱਭਰ ਰਹੇ ਰੁਝਾਨਾਂ ਦੇ ਹਾਣੀ ਬਣਨ ਲਈ ਸੋਸ਼ਲ ਮੀਡੀਆ ਦੇ ਪਹਿਲੂ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਮੰਤਰੀ ਨੇ ਅਧਿਕਾਰੀਆਂ ਨੂੰ ਇੱਕ ਟੀਮ ਦੇ ਰੂਪ ਵਿੱਚ ਇਕਜੁੱਟ ਹੋ ਕੇ ਕੰਮ ਕਰਨ ਅਤੇ ਸਰਕਾਰ ਦੇ ਲੋਕਾਂ ਦਰਮਿਆਨ ਇੱਕ ਕੜੀ ਵਜੋਂ ਕੰਮ ਕਰਨ ਲਈ ਯਤਨ ਜਾਰੀ ਰੱਖਣ ਵਾਸਤੇ ਪ੍ਰੇਰਿਤ ਕੀਤਾ ਤਾਂ ਜੋ ਉਹਨਾਂ ਨੂੰ ਸੂਬਾ ਸਰਕਾਰ ਦੀਆਂ ਪ੍ਰਗਤੀ ਸੰਬੰਧੀ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ ਮੰਤਰੀ ਨੇ ਅੱਗੇ ਕਿਹਾ ਫਰਜ਼ ਨਿਭਾਉਣ ਵਿੱਚ ਢਿੱਲਮੱਠ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਿਲਕੁਲ ਠੀਕ ਗੱਲ ਹੈ ਜੀ ਮੰਤਰੀ ਸਾਹਿਬ ਦੀ ਢਿੱਲਮੱਠ ਵੀ ਨਹੀਂ ਬਰਦਾਸ਼ਤ ਹੋਣੀ ਚਾਹੀਦੀ ਤੇ ਜਿਹੜੀਆਂ ਸਰਕਾਰੀ ਨੀਤੀਆਂ ਹਨ ਉਹਨਾਂ ਦਾ ਪ੍ਰਚਾਰ ਪ੍ਰਸਾਰ ਵੀ ਬਹੁਤ ਹੋਣਾ ਚਾਹੀਦਾ ਪਰ ਇੱਕ ਗੱਲ ਹੈ ਕਿ ਪ੍ਰਚਾਰ ਪ੍ਰਸਾਰ ਦੇ ਵਿੱਚ ਪਹਿਲਾਂ ਵੀ ਘਾਟਾ ਨਹੀਂ ਹੈ ਪਹਿਲਾਂ ਵੀ ਲੋਕ ਆਰਟੀਆਈ ਲਾ ਕੇ ਇਹ ਪੁੱਛਦੇ ਆ ਕਿ ਤੁਸੀਂ ਪ੍ਰਚਾਰ ਕਿੰਨੇ ਲੱਖ ਕਿੰਨੇ ਕਰੋੜ ਰੁਪਏ ਲਾ ਕੇ ਕੀਤਾ ਤੇ ਉਹਦਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹੀ aarop ਲੱਗੇ ਕਿ ਪੰਜਾਬ 'ਚ ਜਿਹੜੇ ਕੰਮ ਕੀਤੇ ਆ ਉਹ ਉਹਨਾਂ ਨੇ ਗੁਜਰਾਤ ਜਾਂ ਹੋਰਨਾ ਸਟੇਟਾਂ ਦੇ ਵਿੱਚ ਜਾ ਜਾ ਕੇ ਦੱਸਿਆ ਕਿ ਅਸੀਂ ਪੰਜਾਬ ਦੇ ਵਿੱਚ ਇਹ ਕੁਝ ਕਰ ਰਹੇ ਆ ਤੇ ਉਹ ਲੋਕਾਂ ਨੇ ਸਵਾਲ ਪੁੱਛੇ ਆ ਵਿਰੋਧੀ ਧਿਰਾਂ ਨੇ ਵੀ ਸਵਾਲ ਪੁੱਛੇ ਕਿ ਜੀ ਤੁਸੀਂ ਜੇ ਪ੍ਰਚਾਰ ਕਰਨਾ ਹੈ ਜੇ ਕਿਸੇ ਚੀਜ਼ ਦਾ ਪ੍ਰਚਾਰ ਕਰਨਾ ਹੈ ਲੋਕਾਂ ਨੂੰ ਅਵੇਅਰ ਕਰਨਾ ਹੈ ਤਾਂ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਅਵੇਅਰ ਕਰਨਾ ਹੈ ਤੁਸੀਂ ਬਾਹਰ ਕਿਉਂ ਇਹ ਕਰ ਰਹੇ ਹੋ ਪ੍ਰਚਾਰ ਤੇ ਅਮਨ अरोड़ा ਜੀ ਆਏ ਆ ਹੁਣ ਮੰਤਰੀ ਬਣ ਕੇ ਤੇ ਦੇਖਣਾ ਇਹ ਹੈ ਕਿ ਉਹ ਕਿਹੜੇ ਕਿਹੜੀਆਂ ਸਕੀਮਾਂ ਦਾ ਕਿਹੜੀਆਂ ਯੋਜਨਾਵਾਂ ਦਾ ਪ੍ਰਚਾਰ ਕਰਦੇ ਆ ਤੇ ਲੋਕਾਂ ਨੂੰ ਕਿਵੇਂ-ਕਿਵੇਂ ਜੀਵਨ ਪੱਧਰ ਉੱਚਾ ਚੱਕਣ ਲਈ ਤੇ ਆਪਣੇ ਆਪ ਨੂੰ ਹੋਰ ਸੁਚੱਜੇ ਢੰਗ ਨਾਲ ਜੀਵਨ ਬਤੀਤ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਲਾਗੂ ਕਰਵਾਉਣ ਚ ਸਹਾਇੀ ਹੁੰਦੇ ਆ ਸੋ ਅੱਜ ਦੇ ਐਪੀਸੋਡ ਨੂੰ ਕੰਕਲੂਡ ਕਿਤਾ ਕਰੀਏ ਸਰ ਕਰਦੇ ਆ ਜੀ ਜੀ ਖਬਰਾਂ ਵਿੱਚੋਂ ਖਬਰ ਸੁਣੀ ਵਿੱਚ ਖਬਰ ਦੇ ਨੀਤੀ ਪੰਜਾਬ ਨੇ ਹੁਣ ਤੱਕ ਭੁਗਤਿਆ ਜੋ ਸਰਕਾਰਾਂ ਕੀਤੀ ਉਮੀਦ ਹਮੇਸ਼ਾ ਬਣੀ ਹੋਈ ਹੈ ਨਵੇਂ ਬਣਨਗੇ ਰਾਹ ਪੰਜਾਬ ਦੇ ਪਾਣੀ ਸਾਫ਼ ਹੋਣੇ ਨੇ ਸੌਖੇ ਆਉਣਗੇ ਸਾ ਪੰਜਾਬ ਦੇ ਪਾਣੀ ਸਾਫ਼ ਹੋਣੇ ਨੇ ਸੌਖੇ ਆਉਣਗੇ ਸਾ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਸਰ ਧੰਨਵਾਦ ਜੀ ਸੋ ਸਰਕਾਰ ਦੀਆਂ ਨੀਤੀਆਂ ਸਮਝਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦੇਖਦੇ ਰਹੋ ਸਾਡਾ ਸ਼ੋਅ ਤੇ ਆਪਣੇ ਸੁਝਾਅ ਸਾਨੂੰ ਜ਼ਰੂਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਸਾਸ਼ਿਕਾਲ